जी नाजरीन, चूज़े बनासा ईद नी बड़ी मखसूस किस्म नी रेसिपी है। बहुत ही मज़े ना बंसी चूज़ा। वीडियो तुसा तको सारी ते इंशाल्लाह मज़े की मज़ा ना आया ते पैसे वापस। बिस्मिल्लाहिर्रहमानिर्रहीम। जी नाजरीन, चार चूज़े इस वास्ते हांडी थोड़ी बड़ी रखनी है ताँ जे आसानी नाल बनी जान। ते ए मैं बटर पाया, विच घ्यो पाई सकने हो तुसा, ते उस तो बाद कहना अगर तेल है तो वह बाई सकने हो, जो भी तुसा बाना हसबे जायका जितनी जरूरत है उतने बाई सकने हो। जी चार चूज़े धोई के रखे न, ते इन्ना कि हुन उस विच सटसा हांडी विच। जी नाजरीन, थोड़ा जहा बटर पिघलना शुरू होया वै। बिस्मिल्लाहिर्रहमानिर्रहीम। असा चार चूज़े इत्थे सटी छोड़सा हांडी विच। जी नाजरीन, मसाले नसा कोल सौंफ है, अजवाइन है, ते धनिया सुका, छोटी इलायची, बड़ी इलायची, लौंग, मिक्स बसार, ते नीमक हसबे जायका। तकरीबन 10-12 मिनट हो गए ना चूज़ा असा रखी हो। ठीक है, थोड़ा जा बुनाई हो गया इसनी, तो हूँ ये सारे मसाले असा इसने बाई के इसकी लाई किनसा। जी चिकन हंडी मसाला शान आलिया ना एक पाकट जड़ा ने, यह भी असा इस विच बासा। तकरीबन 3-4 मिनट बुनाई कर सा, ते उस तो बाद फिर प्याज, थोम, हरिया मर्चा, ते बाकी जड़िया चीज़ा ने वह बासा इंशाल्लाह। टमाटर, हरिया मर्चा, प्याज, फ्रेश जिंजर, थोम, ये सारिया चीज़ा असा हूँ इतना बासा। माशाल्लाह सुबहान अल्लाह। नाजरीन रंग तको हांडी ना कितना प्यारा वै, दिल करना कि इस है कि थोड़ा जहा भुनी के खाई कि ना और मजीद चीज़ा ना पा, लेकिन यह जो मैं तुम्हें दसिया वै ये सारिया असा इतने हूँ बाई छोड़ सा। ठीक है, माशाल्लाह ये देखो नाजरीन कितना प्यारा कलर बनया। हाल हांडी बनने की अद्धा टाइम रह गया, इंशाल्लाह अद्धी बनी है, देखो कलर माशाल्लाह माशाल्लाह। मिक्स सब्जियां, ठीक है, गाजर है, मटर न, ते मकई है, उस तो बाद काले चने एक डब्बा है बाना आसाना। ठीक है, माशाल्लाह सुबहान अल्लाह। नाजरीन है देखो कितना प्यारा रंग है। अच्छा, मेरा आज़ाद कश्मीर, मेरा पाकिस्तान, पूरी दुनिया च मैं तकने आ लेके हाल है सारे, तुसा ठीक हो, खरीयत है। जनाब जहीर साहब सऊदी अरब ठीक हो, ते उस तो बाद पाकिस्तान च मुशरफ भाई के हाल है तुसा ना, आदल भाई, ते रिजवान भाई, शकील भाई, जितने भी है, और रजब भाई, सारे जनाब है तको,
ਠੀਕ ਹੈ, ਮਰਦਾਂ 'ਚ ਵੀ ਸਿੱਖਣਾ ਚਾਹੀਦਾ ਵੈ, ਤਾਂ ਜੇ ਜਿਹੜਾ ਕੋਈ ਈਦ ਪਾਰਟੀ ਜਾਂ ਹੋਰ ਕੋਈ ਪਾਰਟੀ ਜਾਂ ਕੋਈ ਇਸ ਤਰ੍ਹਾਂ ਨੇ ਮੁਖਤਲਿਫ ਕਿਸਮ ਨੇ ਤਕਰੀਬਾਤ ਹੋਣੀਆਂ ਹਨ, ਤਾਂ ਫਿਰ ਔਰਤਾਂ ਵਾਸਤੇ ਵੀ ਆਸਾਨੀ ਹੋ ਜਾਣੀ ਹੈ, ਥੋੜ੍ਹੀ ਅਸਾਂ ਮਦਦ ਕਰੀ ਛੋੜਾਂ ਅਗਰ, ਤਾਂ ਇਤਨਾ ਮੁਸ਼ਕਲ ਕੰਮ ਕੋਈ ਨਹੀਂ ਹੋਣਾ, ਬਸ ਥੋੜ੍ਹਾ ਸ਼ੌਕ ਹੋਣਾ ਚਾਹੀਦਾ ਬੰਦੇ ਕਿ ਇਹ ਦੇਖੋ ਜੀ ਨਾਜ਼ਰੀਨ ਇਹ ਕਾਲੇ ਚਨੇ, ਇਹ ਹੁਣ ਮੈਂ ਬਾਏ ਨਹੀਂ ਥਾ ਵਿੱਚ ਨਹੀਂ ਇਸ ਕੀ ਹੁਣ ਲਾਉਣੇ ਆ, ਤਾਂ ਉਸ ਤੋਂ ਬਾਅਦ ਫਿਰ ਬਾਸਾਂ ਸਬਜ਼ੀ ਅੱਧਾ ਲੈਮਨ ਅਸਾਂ ਨਿਚੋੜੀ ਕਿਨਸਾਂ ਇਸ ਵਿੱਚ ਨਾ, ਔਰ ਤੁਸੀਂ ਸੁਣਾਓ ਜੀ ਬਾਕੀ ਆਪਣੇ ਆਪਣੇ ਇਲਾਕੇ 'ਚ ਕਿਸ ਤਰ੍ਹਾਂ ਨੇ ਈਦ ਗੁਜ਼ਾਰਨ ਲੱਗੇ ਹੋਏ ਹੋ, ਜਿਨ੍ਹਾਂ ਨੇ ਈਦ ਗੁਜ਼ਰੀ ਗਈ ਹੈ ਉਹ ਦੱਸੋ ਕੈਸੀ ਈਦ ਗੁਜ਼ਰੀ ਹੈ, ਈਦੀ ਨੇ ਉਹ ਮਜ਼ੇ ਅਸ਼ਨੇ ਨਾ ਜਿਲ੍ਹਾ ਬਚਪਨ 'ਚ ਈਦ ਕਰਨੇ ਸਾਂ ਜਾਂ ਹੁਣ ਨਹੀਂ ਅਸ਼ਨੇ ਉਹ ਮਜ਼ੇ, ਪਤਾ ਈਦ ਮਿਲਣੀ ਹੋਣੀ ਸੀ ਤਾਂ ਫਿਰ ਦੁਕਾਨਾਂ ਪਰ ਜਾਣੇ ਸਾਂ ਤਾਂ ਕੋਈ ਛੋਟੀ ਮੋਟੀ ਚੀਜ਼ ਕਿੰਨੇ ਸਾਂ, ਠੀਕ ਹੈ ਲੈਮਨ ਅੱਧਾ ਪਾਇਆ, ਬਾਕੀ ਇਹ ਮਿਕਸ ਸਬਜ਼ੀਆਂ ਠੀਕ ਹੈ ਇਹ ਬਾਈ ਛੋੜੀਆਂ, ਹੁਣ ਇੱਥੇ ਅਸਾਂ ਜਿਹੜਾ ਨਾ ਜ਼ਿਆਦਾ ਇਸ ਕੀ ਲਾਉਣਾ ਨਹੀਂ ਜ਼ੋਰ ਜ਼ੋਰ ਨਾਲ ਰਾਹ ਦਾ ਪਾਰ ਜਿਹੜਾ, ਕਿਉਂਕਿ ਬੇਬੀ ਚਿਕਨ ਸੀ ਨਾ ਅਤੇ ਚੂਜ਼ਾ ਫਿਰ ਟੁੱਟੀ ਸਕਣਾ ਇੱਕ ਗੱਲ, ਅਤੇ ਦੂਜੀ ਗੱਲ ਹੈ ਕਿ ਕੱਲ੍ਹ ਪਾਰਟੀ ਹੈ ਅਤੇ ਹਾਂਡੀ ਮੈਂ ਹੁਣ ਬਣਾਉਣ ਲੱਗੇ ਹਾਂ, ਤਕਰੀਬਨ 6-7 ਘੰਟੇ ਹੈ ਨਾਲੇ ਨਾ ਇਨਸ਼ਾਅੱਲਾ, ਤਾਂ ਇਸ ਕੀ ਤਕਰੀਬਨ 70-80% ਪਕਾਸਾਂ ਤਾਂ ਬਾਕੀ ਇਸ ਕੀ ਛੋੜ ਦੇ ਸਾਂ, ਕਿਉਂਕਿ ਕੱਲ੍ਹ ਜਿਹੜਾ ਗਰਮ ਕਰ ਸਾਂ ਨਾ ਤਾਂ ਫਿਰ ਇਹ ਬਾਕੀ ਜਿਹੜਾ ਫਰਕ ਹੈ ਉਹ ਨਿਕਲੀ ਜਾ ਸੀ ਇਸ ਨਾਲ ਨਾ, ਹੁਣ ਅਗਰ ਮੈਂ ਮੁਕੰਮਲ ਬਣਾ ਕੱਲ੍ਹ ਫਿਰ ਗਰਮ ਕਰਾਂ ਤਾਂ ਫਿਰ ਕਿਆ ਹੋਣਾ ਵੈ ਕਿ ਚੂਜ਼ਾ ਸਾਨੂੰ ਟੁੱਟੀ ਜਾਣਾ ਵੈ, ਟੁੱਟੀ ਜਾ ਚੂਜ਼ਾ ਤਾਂ ਫਿਰ ਹਾਂਡੀ ਨਾਲ ਮਜ਼ਾ ਨਹੀਂ ਇਸ ਨਾਲ, ਹਾਂਡੀ ਜਿਹੜੇ ਵੀ ਮਤਲਬ 5-6 ਘੰਟਿਆਂ ਬਾਅਦ ਅਸਾਂ ਖਾਣੀ ਹੈ ਜਾਂ ਸ਼ਾਮੀ ਬਣਾਉਣੀ ਹੈ ਤਾਂ ਅਗਲੇ ਦਿਨ ਪਾਰਟੀ ਸ਼ਾਰਟੀ ਹੋਣੀ ਹੈ, ਤਕਰੀਬਨ ਬਣਾਈ ਕੇ ਬੰਦੇ ਰੱਖਣੇ ਹਨ, ਫਿਰ ਮੌਸਮ ਵੀ ਤੱਕਣਾ ਪੈਣਾ, ਅਗਰ ਠੰਡਾ ਮੌਸਮ ਹੈ ਠੀਕ ਹੈ, ਅਗਰ ਠੰਡਾ ਨਹੀਂ ਤਾਂ ਫਿਰ ਉਸ ਦਿਹਾੜਾ ਬਣਾਉਣੀ ਪੈਸੀ, ਠੀਕ ਹੈ ਤਾਂ ਥੋੜ੍ਹਾ ਜਿਹਾ ਫਰਕ ਰੱਖੋ ਮੁੜੀ ਜਿਹੜਾ ਗਰਮ ਕਰੋ ਉਹ ਫਰਕ ਨਿਕਲੀ ਜਾਣਾ ਵੈ, ਦੇਖੋ ਮਾਸ਼ਾਅੱਲਾ ਕਿਤਨੀ ਪਿਆਰੀ ਕਲਰ ਜੀ ਨਾਜ਼ਰੀਨ, ਇਸ ਨੇ ਨਾਲ ਹੁਣ ਤੁਸਾਂ ਨਾਲ ਕਿਨਸਾਂ ਇਜਾਜ਼ਤ, ਇਹ ਤਕਰੀਬਨ 70-80% ਬਣੀ ਗਈ ਆ, ਬਾਕੀ ਕੱਲ੍ਹ ਅਸਾਂ ਇਸ ਕੀ ਗਰਮ ਕਰ ਸਾਂ, ਤੇਲ ਉੱਪਰ ਥੋੜ੍ਹਾ ਚੜ੍ਹ ਸੀ ਅਤੇ ਮੈਂ ਟੇਸਟ ਕੀਤੀ ਆ, ਜ਼ਾਇਕਾ ਬਹੁਤ ਪਿਆਰਾ ਬਣਿਆ ਮਾਸ਼ਾਅੱਲਾ ਸੁਬਾਨ ਅੱਲਾ, ਬਹੁਤ ਜ਼ਿਆਦਾ ਤੁਸਾਂ ਨਾਲ ਸ਼ੁਕਰੀਆ, ਤੁਸਾਂ ਸ਼ੁਰੂ ਤੋਂ ਆਖਰ ਤੱਕ ਵੀਡੀਓ ਤੱਕ ਹੀ ਹੈ, ਇਨਸ਼ਾਅੱਲਾ ਖੈਰ ਕੀਤੀ ਅਤੇ ਨਵੀਆਂ ਵੀਡੀਓ 'ਚ ਮਿਲ ਸਾਂ, ਅਤੇ ਕੱਲ੍ਹ ਕੋਸ਼ਿਸ਼ ਮਾੜੀ ਹੋ ਸੀ ਇੱਥੇ ਮੈਂ ਪਾਰਕਾਂ 'ਚ ਈਦ ਪੜ੍ਹ ਸਾਂ ਅਤੇ ਉਹ ਵੀ ਤੁਸਾਂ ਕੀ ਵਿਊ ਕਰਾ ਸਾਂ, ਅਤੇ ਬੜਾ ਪਿਆਰਾ ਨਜ਼ਾਰਾ ਉਸੀ, ਠੀਕ ਹੈ ਅੱਲਾ ਸੁਣਨ ਵਾਲਾ, ਖੁਦਾ ਹਾਫਿਜ਼।